ਪਰ ਇਹ ਕਦੀ ਨਹੀਂ ਸੋਚਿਆ ਸੀਗਾ ਕਿ ਇਤਨੀ ਜਲਦੀ ਮੈਂ ਮੈਂਬਰ ਆਫ ਪਾਰਲੀਮੈਂਟ ਬਣ ਜਾਵਾਂਗਾ। ਪਰ ਮਕਸਦ ਇਹ ਸੀਗਾ ਪਾਰਟੀ ਦੇ ਅੰਦਰ ਇੱਕ ਅਵੇਅਰਨੈਸ ਲਿਆਉਣ ਲਈ, ਅਰੇਂਜ ਮੈਰਿਜ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਿਸ ਤਰ੍ਹਾਂ ਹੁੰਦੀ ਹੈ। ਨਨਕਾਣਾ ਗਿਆ ਤੇ ਸਭ ਨਨਕਾਣਾ ਆਜ਼ਾਦ ਤੇ ਪੰਥ ਆਜ਼ਾਦ, ਇਹ ਜਿਹੜੇ ਕੁਛ ਤੇ ਸਾਨੂੰ ਸਲੋਗਨ ਜਿਹੜੇ ਬਹੁਤ ਪ੍ਰਚਲਿਤ ਨੇ, ਤੇ ਇਹ ਕਦੋਂ ਕੁਆਇੰਡ ਹੋਏ, ਕਿਵੇਂ ਹੋਏ, ਤੇ ਇਹਦੇ ਜਿਹੜੇ ਕੋਈ ਕਾਪੀਰਾਈਟ ਕਿਉਂ ਨਹੀਂ ਹੋਏ, ਪਤਾ ਕਿਉਂ ਨਹੀਂ ਚੱਲਦਾ ਕਿ ਇਹਦੇ ਜਿਹੜੇ ਰਾਈਟਰ ਸੀਗੇ? ਜੋ ਮੇਨ ਸਟ੍ਰੀਮ ਮੀਡੀਆ ਸੀਗਾ ਉਹ ਤੁਹਾਨੂੰ ਕੋਈ ਤਵੱਕੋ ਨਹੀਂ ਦਿੰਦਾ ਸੀਗਾ ਕਿ ਉਹ ਦਿੱਲੀ ਦੀ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਉੱਤੇ ਸਲੋਗਨਸ ਲਿਖਵਾਉਂਦੇ ਸੀਗੇ। ਪਹਿਲੇ ਗੁਰਦੁਆਰੇ ਸੀ ਕੱਚੇ, ਸਿੱਖ ਸੀ ਪੱਕੇ, ਹੁਣ ਗੁਰਦੁਆਰੇ ਨੇ ਪੱਕੇ ਤੇ ਸਿੱਖ ਨੇ ਕੱਚੇ, ਕਿ ਸਿੱਖ ਜੋ ਨੇ ਉਹ ਸਿਰਫ ਇੱਕ ਕੌਮ ਨਹੀਂ ਹੈ, ਉਹ ਇੱਕ ਨੇਸ਼ਨ ਹੈ। ਵੈਟੀਕਨ ਸਟੇਟਸ ਫੋਰ ਨਨਕਾਣਾ ਸਾਹਿਬ, ਕਿ ਵੀ ਜਿਵੇਂ ਵੈਟੀਕਨ ਵਿੱਚ ਕਿਸੇ ਨੂੰ ਕੋਈ ਵੀਜ਼ਾ ਨਹੀਂ ਚਾਹੀਦਾ, ਸੇਮ ਸਟੇਟਸ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਦਾ ਹੋਣਾ ਚਾਹੀਦਾ, ਕਿਉਂਕਿ ਸਿੱਖਾਂ ਦਾ ਪਲੇਸ ਹੈ ਸਾਡਾ ਮੱਕਾ, ਵੈਟੀਕਨ ਵੈਟੀਕਨ ਕਹਿ ਲਓ। ਇਫ ਚੰਡੀਗੜ੍ਹ ਇਜ਼ ਗਿਵਨ ਟੂ ਪੰਜਾਬ, ਇਟ ਵਿਲ ਨਾਟ ਗੋ ਟੂ ਪਾਕਿਸਤਾਨ।